ਸੰਚੀ ਚੋਣਾ ਦਾ ਅਖਾੜਾ ਭਖਿਆ ਹੋਇਆ ਹੈ ਸੀਐਮ ਭਗਵੰਤ ਮਾਨ ਦੇ ਫੈਸਲੇ ਤੋਂ ਬਾਅਦ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਕੀਤੀਆਂ ਜਾ ਰਹੀਆਂ ਨੇ ਐਮੀ ਵਿਰਕ ਜੋ ਕਿ ਬਹੁਤ ਹੀ ਪ੍ਰਸਿੱਧ ਸਿੰਗਰ ਤੇ ਅਦਾਕਾਰ ਨੇ ਉਹਨਾਂ ਦੇ ਜੱਦੀ ਪਿੰਡ ਵਿੱਚ ਵੀ ਸਰਬਸੰਮਤੀ ਨਾਲ ਉਹਨਾਂ ਦੇ ਪਿਤਾ ਜੀ ਨੂੰ ਸਰਪੰਚ ਚੁਣਿਆ ਗਿਆ ਨੱਬਾ ਵਲੌਗ ਦੇ ਪਿੰਡ ਲਾਹੌਰ ਮਾਜਰਾ ਦੇ ਜੰਪਲ ਉਹਨੇ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਜਿਸ ਮਗਰੋਂ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਹਰ ਕੋਈ ਇਸ ਫੈਸਲੇ ਤੋਂ ਆਪਣੀ ਖੁਸ਼ੀ ਜ਼ाहिर ਕਰ ਰਿਹਾ ਹੈ ਐਮੇ ਵਿਰਕ ਦੇ ਪਿਤਾ ਨੂੰ ਵਧਾਈਆਂ ਦਿੱਤੀਆਂ ਪੂਰੇ ਪਿੰਡ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਕੇ ਖੁਸ਼ੀ ਮਨਾਈ ਗਈ ਮੈਂ ਤੇ ਬਹੁਤ ਹੀ ਵਧੀਆ ਵੇਖਦਾ ਬਹੁਤ ਖੁਸ਼ ਹਾਂ ਜਦੋਂ ਪਿੰਡ ਨੇ ਮੈਨੂੰ 5 ਸਾਲ ਵਸਤੇ ਸੇਵਾ ਦਿੱਤੀ ਏਕ ਸੇਵਾ ਮੈਂ ਆਪਣੇ ਤਨ ਨਾਲ ਤਨ ਦੇ ਨਾਲ ਨਿਭਾਵਾਂਗਾ ਉਹਨਾਂ ਨੇ ਇਹੀ ਕਿਹਾ ਵੀ ਜਿਹੜੀ ਜੋ ਸੇਵਾ ਦਿੱਤੀ ਏ ਪਿੰਡ ਨੇ ਉਹਨੂੰ ਨਿਭਾਓ ਸੇਵਾ ਹੀ ਇਹ ਇੱਕ ਸਰਪੰਚ ਮੈਂ ਨਹੀਂ ਸਰਪੰਚ ਮੇਰਾ ਪਿੰਡ ਏ ਜਦੋਂ ਪਿੰਡ ਨੇ ਮੈਨੂੰ ਬਣਾਇਆ ਪਿੰਡ ਸਾਰਾ ਹੀ ਸਰਪੰਚ ਹੈ ਮੈਂ ਇਕੱਲਾ ਸਰਪੰਚ ਨਹੀਂ ਇਕੱਲਾ ਕੋਈ ਸਰਪੰਚ ਨਾ ਬਣ ਸਕਦਾ ਤੇ ਨਾ ਮੈਂ ਹੈਗਾ ਵਾਇਗਰ ਚੱਕਾ ਖਾਲਸਾ ਬਹਿਰ ਜਿੱਤ ਫਤਿਹ ਪਹਿਲਾਂ ਮੈਂ ਸਾਰੇ ਨਗਰ ਦਾ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਹੀ ਰਲ ਕੇ ਅਮੀ ਦੇ ਡੈਡੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਨਾ ਕਿ ਇਕੱਲੇ ਮੈਂ ਚੁਣਿਆ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਚੁਣਿਆ ਗਿਆ ਜੀ ਸੇਤੀ ਬਲਖਸ਼ੇ ਇਸ ਪਿੰਡ ਦੀ ਸੇਵਾ ਕਰੀਏ ਤੇ ਨਾ ਮੈਂ ਕਹਿੰਦਾ ਸੀ ਆਂਦਾ ਮम्मा ਆਪਾਂ ਸੇਵਾ ਕਰਨੀ ਹੈ ਨਗਰ ਦੀ ਤੇ ਸਾਰੇ ਆਪਾਂ ਪਿੰਡ ਦਾ ਨਾਮ ਰੋਸ਼ਨ ਕਰਨਾ ਹੈ ਬੇ ਕੰਮ ਕਰਨਾ ਜਿਵੇਂ ਵੀ ਹੋਇਆ ਪਿੰਡ ਦੇ ਜੋ ਵੀ ਕੰਮ ਅਧੂਰੇ ਨੇ ਸਾਰੇ ਕਰਨੇ ਬਹੁਤ ਜਿਆਦਾ ਖੁਸ਼ੀ ਹੁੰਦੀ ਦੇਖੋ ਜੀ ਬਹੁਤ ਵਧੀਆ ਫੀਲ ਕਰਦੇ ਆਂ ਕਿ ਇਹ ਜਿਹੜਾ ਪਹਿਲੀ ਵਾਰ ਸਾਡੇ ਨਗਰ ਦੇ ਵਿੱਚ ਇਹ ਮੈਂ ਨਗਰ ਨੇ ਉਤਸ਼ਾਹ ਭਰਿਆ ਤੇ ਨਗਰ ਨੇ ਇਹ ਇਹਨਾਂ ਨੂੰ ਇਹਨਾਂ ਦੇ ਜ਼ਿਹਰਾ ਨਗਰ ਨੂੰ ਜਾਂਦਾ कि ਜਿਨ੍ਹਾਂ ਨੇ ਸਾਡੇ ਤੇ ਨਾਮਾਨ ਕਰਕੇ ਸਾਡੇ ਚਾਚਾ ਜੀ ਨੂੰ ਅੱਗੇ ਲਿਆਂਦਾ ਤੇ ਕਿਉਂ ਇਹ ਪਹਿਲਾਂ ਵੀ ਨਗਰ ਦੇ ਕੰਮ ਬਹੁਤ ਕਰਦੇ ਨੇ ਤੇ ਉਹਨਾਂ ਕਰਕੇ ਹੁਣ ਉਹਨਾਂ ਨੂੰ ਇੱਕ ਮਤਲਬ ਕਿ ਜਿਵੇਂ ਆਪਾਂ ਚਾਬੀ ਦੇ ਦੇਨੇ ਆ ਵੀ ਵੇਖੋ ਹੁਣ ਨਗਰ ਦਾ ਜਿਹੜੀ ਹੈ ਨਾ ਇਹ ਇੱਕ ਡਰਾਈਵਰ ਨੇ ਸਾਡੇ ਨਗਰ ਦੇ ਇਹਨਾਂ ਦੇ ਹੱਥ 'ਚ ਜੀ ਇਹ ਗੱਡੀ ਜਿਹੜੇ ਸਟੀering ਹੈ ਤੇ ਵੇਖੋ ਸਾਨੂੰ ਪਹਿਲਾਂ ਵੀ ਮਾਣ ਮਹਿਸੂਸ ਕਰਦੇ ਆ ਸੀ ਸਾਡੇ ਚਾਚਾ ਜੀ ਤੇ ਹੁਣ ਤਾਂ ਸਭ ਕੁਝ ਹੋ ਗਿਆ ਵੀ ਸਰਪੰਚ ਨੇ ਤੇ ਸਾਰੇ ਕੰਮ ਨਗਰ ਦੇ ਤਹਿ ਦੇ ਲੋਕ ਕਰਨਗੇ ਕੀਤਾ ਔਰ ਬਹੁਤ ਹੀ ਸਲਾਘਾਯੋਗ ਕਦਮ ਚੱਕਿਆ ਜਿਹੜਾ ਕਿ ਸਮਤੀ ਨਾਲ ਪਿੰਡ ਦੇ ਵਿੱਚ ਪੰਚਾਇਤ ਚੁਣੀ ਗਈ ਔਰ ਮੈਂ ਬਹੁਤ ਨਗਰ ਦਾ ਧੰਨਵਾਦ ਕਰਦਾ ਇਸ ਚੀਜ਼ ਦੇ ਉੱਤੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਅਸੀਂ ਇਹ ਵੀ ਕਵਾਂਗੇ ਕਿ ਹਰ ਨਗਰ ਨੂੰ ਮਤਲਬ ਇਸ ਕਦਮ ਦੇ ਉੱਤੇ ਉੱਠਣਾ ਚਾਹੀਦਾ ਔਰ ਇਹ ਵਧੀਆ ਕਦਮ ਲੈਣੇ ਚਾਹੀਦੇ ਨੇ ਦੇਖੋ ਜਦੋਂ ਅਸੀਂ ਤਕਰੀਬਨ ਬਾਹਰ ਕਿਤੇ ਵੀ ਜਾਂਦੇ ਆ ਕਿਸੇ ਨੂੰ ਅਸੀਂ ਆਪਣਾ ਕੋਈ ਮੀਟਿੰਗ ਹੁੰਦੀ ਹੈ ਜਾਂ ਕਿਤੇ ਕੁਝ ਵੀ ਹੁੰਦਾ ਹੈ ਤਾਂ ਜਦੋਂ ਅਸੀਂ ਆਪਣੇ ਪਿੰਡ ਦਾ ਨਾਮ ਲੈਂਦੇ ਆ ਸਾਨੂੰ ਹਰ ਇੱਕ ਉੱਥੇ ਅਸੀਂ ਕਹਿੰਦਾ ਜੀ ਐਮੀ ਵੇਕਰ ਦਾ ਪਿੰਡਾ ਸਾਨੂੰ ਬਹੁਤ ਪ੍ਰਾਊਡ ਹੁੰਦਾ ਔਰ ਅਸੀਂ ਉੱਥੇ ਬਹੁਤ ਮਤਲਬ ਸਹੀ ਆਪਣੇ ਸਹੀ ਢੰਗ ਨਾਲ ਕਰਦੇ ਆ ਕਿ ਹਾਂ ਜੀ ਸਾਡੇ ਪਿੰਡ ਦੇ ਨੇ ਸਾਨੂੰ ਪ੍ਰਾਊਡ ਐ ਸਟਾਰ ਨੇ ਇੱਕ ਬਹੁਤ ਵਧੀਆ